हाँ जी किसान वीरों, सारे सत श्री अकाल जी। स्वागत है तुहाडा एग्रीकल्चर इनफॉर्मेशन पंजाबी चैनल च। मैं डॉक्टर गुरमिंदर सिंह बराड़। इस वीडियो किसान वीरों तुहाडे नाल जानकारी सांझी करांगे झोने की पनीरी विच। जिहड़ा किसान वीरां दे सवाल आ रहे कि झोने की पनीरी विच नदीना की रोकथाम आपां किस तरह करनी, उहदे विच किहड़े किहड़े आपां नदीननाशक ते कदों पाउणे आ। समां वी बड़ा महत्वपूर्ण आ, किहड़े समें आपां जिहड़े नदीननाशक पनीरी दे विच पाउणे आ। उस तो पहला किसान भीरों मैं जिहड़ा हैगा खेत की तैयारी वो मैं पहला वीडियो दे विच वी जिक्र कर दे रहा, उहदे बारे आपां पूरी जानकारी सांझी करांगे। सो जिहड़े नवें किसान वीर जुड़े उन्होंने बेनती है कि चैनल सबसक्राइब कर लो, नाल ही बैल वाला बटन दबा लो ताकि हर एक नवी वीडियो नवी जानकारी तुहाडे ताईं पहुँचती रहे। सो किसान वीरों पनीरी बीजण वास्ते सब तो पहला जरूरी है खेत की तैयारी। मैं पिछलियां वीडियो च जिहड़ियां कि 20-25 दिन पहला भी मैं जिक्र किया सीगा कि जदों आपां पनीरी बीजण वास्ते जिहड़ी जगह तैयार करनी उत्थे रूड़ी पाउणी आ। पनीरी बीजण तों घट्टो घट 15-20 दिन पहलां आपां खेत तैयार करके उहदे विच आपां रूड़ी जिन्नी मात्रा 'च पाउणी पा के फिर उहनूं वाह के पाणी छड्डणा, तां कि क्योंकि कई किसान वीरां दा सवाल आ कि जे आपां रूड़ी पाउणी आ पनीरी वाली जगह दे विच तां उहदे नदीन बहुत हो जांदे आ, उहदे वास्ते ही आपां जिहड़ी रूड़ी पहलां पा के उहनूं वाह के ते उहदे विच पाणी छड्ड देणा, ਤੇ ਉਹਦੇ ਵਿੱਚ ਨਦੀਨ ਜਿਹੜੇ ਹੈਗੇ ਆ ਉਹ ਜਾਂ ਪਿਛਲੇ ਸਾਲ ਦਾ ਕੋਈ ਝੋਨੇ ਦਾ ਬੀਜ ਜਿਹੜਾ ਕਿਰਿਆ ਹੁੰਦਾ ਉਹ ਜਿਹੜਾ ਹੈਗਾ ਉੱਗ ਪੈਂਦਾ ਅਤੇ ਉਹ ਫਿਰ ਆਪਾਂ ਵਾਹ ਕੇ ਉਹਨੂੰ ਕਾਬੂ ਕਰ ਸਕਦੇ ਹਾਂ। ਇਸ ਤਰ੍ਹਾਂ ਆਪਾਂ ਜਿਹੜਾ 2 ਵਾਰ 3 ਵਾਰ ਜਿਹੜੀ ਰੌਣੀ ਕਰ ਸਕਦੇ ਹਾਂ ਕਿਉਂਕਿ ਜਗ੍ਹਾ ਥੋੜ੍ਹੀ ਹੁੰਦੀ, ਉਹਦੇ ਵਿੱਚ ਆਪਾਂ ਰੌਣੀ 2-3 ਵਾਰ ਕਰ ਸਕਦੇ ਹਾਂ ਪਨੀਰੀ ਬੀਜਣ ਤੋਂ ਪਹਿਲਾਂ। ਇਹ ਪਹਿਲਾ ਸਟੈਪ ਆ ਨਦੀਨਾਂ ਦੀ ਰੋਕਥਾਮ ਕਰਨ ਦਾ। ਉਸ ਤੋਂ ਬਾਅਦ ਹੈ ਕਿਸਾਨ ਵੀਰੋ, ਜਦੋਂ ਆਪਾਂ ਜਿਹੜੀ ਪਨੀਰੀ ਬੀਜੀ ਹੈ ਚਾਹੇ ਆਪਾਂ ਬੀਜ ਉਹ 48 ਘੰਟੇ ਲਈ ਜਿਹੜਾ ਗਿੱਲੀਆਂ ਬੋਰੀਆਂ 'ਤੇ ਰੱਖ ਕੇ ਉਹ ਪੁੰਗਰਿਆ ਹੋਇਆ ਬੀਜ ਦਾ ਛਿੱਟਾ ਦਿੰਦੇ, ਚਾਹੇ ਆਪਾਂ ਵੈਸੇ ਵੀ ਦਾ ਛਿੱਟਾ ਦੇ ਕੇ ਉਸ ਤੋਂ ਬਾਅਦ ਪਾਣੀ ਲਾਉਣੇ, ਕੋਈ ਵੀ ਢੰਗ ਆ ਤੁਹਾਡਾ ਪਨੀਰੀ ਬੀਜਣ ਦਾ, ਉਹਦੇ ਵਿੱਚ ਆਪਾਂ ਨਦੀਨ ਨਾਸ਼ਕ ਜਿਹੜੇ ਪਾਉਣੇ ਆ ਉਹ ਜਿਹੜਾ ਸਮਾਂ ਉਹਨਾਂ ਦੇ ਵਿੱਚ ਬੜਾ ਮਹੱਤਵਪੂਰਨ ਆ ਕਿਉਂਕਿ ਕਿਸਾਨ ਵੀਰ ਆ ਕਈ ਬਿਜਾਈ ਕਰਨ ਅਨੁਸਾਰ ਵੀ ਪਾ ਦਿੰਦੇ ਆ, ਜਾਂ ਜਿਹੜਾ ਆਪਾਂ ਪੁੰਗਰਿਆ ਹੋਇਆ ਬੀਜ ਜਿਹੜਾ ਛਿੱਟਾ ਦਿੰਦੇ ਆ ਉਹਦੇ ਵਿੱਚ ਜੇ ਆਪਾਂ ਬਿਜਾਈ ਕਰਨ ਅਨੁਸਾਰ ਜੇ ਨਦੀਨ ਨਾਸ਼ਕ ਪਾਉਂਦੇ ਹਾਂ ਤਾਂ ਉਹਦੇ ਨਾਲ ਜਿਹੜੀ ਹੈਗੀ ਵੀਡੀ ਸਾਈਡ ਇੰਜਰੀ ਵੀ ਆ ਸਕਦੀ। ਸੋ ਸਮਾਂ ਬੜਾ ਮਹੱਤਵਪੂਰਨ ਆ ਕਿਉਂਕਿ ਜਿਹੜਾ ਪੁੰਗਰਦਾ ਹੋਇਆ ਬੀਜ ਆ ਉਹ ਬੜਾ ਸੈਂਸਿਟਿਵ ਹੁੰਦਾ ਅਤੇ ਉਹਦੇ ਵਿੱਚ ਨਦੀਨ ਨਾਸ਼ਕ ਆਪਾਂ ਜਿਹੜਾ ਸਹੀ ਸਿਫਾਰਿਸ਼ ਮਾਤਰਾ ਅਤੇ ਸਿਫਾਰਿਸ਼ ਟਾਈਮ 'ਤੇ ਪਾਉਣੇ ਚਾਹੀਦੇ। ਸੋ ਇਸ ਵਾਸਤੇ ਜਿਹੜੇ ਨਦੀਨ ਨਾਸ਼ਕ ਆਪਾਂ ਵਰਤ ਸਕਦੇ ਹਾਂ ਜਿਹਦੇ ਵਿੱਚ ਇੱਕ ਤਾਂ ਹੈ ਸੋਫਿਟ ਜਿਹੜਾ ਵੀ ਡੀ ਸਾਈਡ ਆ 37.5 ਤਾਕਤ ਦਾ ਆਉਂਦਾ, 37.5 ਈ ਸੀ, ਜਿਹਦੇ ਵਿੱਚ ਪਰਟੀਲਾ ਕਲੋਰ ਅਤੇ ਸੇਫਨਰ ਦੋ ਟੈਕਨੀਕਲ ਨੇ। ਇਹ ਆਪਾਂ 0.5 ਲੀਟਰ ਬਿਜਾਈ ਕਰਨ ਤੋਂ 3 ਦਿਨ ਮਗਰੋਂ, ਬਿਜਾਈ ਕਰਨ ਤੋਂ 3 ਦਿਨ ਮਗਰੋਂ ਰੇਤਾ 'ਚ ਰਲਾ ਕੇ ਜਿਹੜਾ ਹੈਗਾ 60 ਕਿਲੋ 50-60 ਕਿਲੋ ਰੇਤਾ ਪ੍ਰਤੀ ਏਕੜ ਪਨੀਰੀ ਦੇ ਹਿਸਾਬ ਨਾਲ ਜਿੰਨਾ ਤੁਸੀਂ ਰਕਬਾ ਲਾਇਆ ਉਹ ਹਿਸਾਬ ਨਾਲ ਤਾਂ ਕਿ ਜਿਹੜਾ ਛਿੱਟਾ ਵਧੀਆ ਆ ਜਾਵੇ ਦਵਾਈ ਦੇ ਵਿੱਚ, ਉਹ ਆਪਾਂ ਛਿੱਟਾ ਬਿਜਾਈ ਤੋਂ 3 ਦਿਨ ਪਿੱਛੋਂ, ਚਾਹੇ ਕੋਈ ਪਰਟੀਲਾ ਕਲੋਰ ਦਾ ਤੁਸੀਂ ਹੋਰ ਕੋਈ ਟੈਕਨੀਕਲ ਵਰਤਦੇ ਹੋ ਉਹ ਵੀ ਆਪਾਂ ਬਿਜਾਈ ਤੋਂ 3 ਦਿਨ ਮਗਰੋਂ ਕਰਨਾ ਤਾਂ ਕਿ ਜਿਹੜਾ ਵੀ ਡੀ ਸਾਈਡ ਇੰਜਰੀ ਵੀ ਜਿਹੜਾ ਹੈਗਾ ਨਾ ਹੋਵੇ। ਉਦੋਂ ਬਾਅਦ ਆਪਾਂ ਜਾਂ ਜੇ ਤੁਸੀਂ ਪਰਟੀਲਾ ਕਲੋਰ ਨਹੀਂ ਵਰਤਦੇ ਤੁਸੀਂ ਬੂਟਾ ਕਲੋਰ ਵਰਤਣੀ ਹੈ ਉਹ ਤੁਸੀਂ 1200 ml ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 7 ਦਿਨ ਮਗਰੋਂ ਪਨੀਰੀ ਬੀਜਣ ਤੋਂ 7 ਦਿਨ ਮਗਰੋਂ ਆਪਾਂ ਬੂਟਾ ਕਲੋਰ 50 EC 1200 ml ਪ੍ਰਤੀ ਏਕੜ ਦੇ ਹਿਸਾਬ ਨਾਲ ਰੇਤਾ 'ਚ ਲਾ ਕੇ ਆਪਾਂ ਇਹਦਾ ਛਿੱਟਾ ਦੇ ਸਕਦੇ ਹਾਂ। ਉਸ ਤੋਂ ਬਿਨਾਂ ਵੀ ਜੇ ਕਿਤੇ ਨਦੀਨ ਵਿੱਚ ਤੁਹਾਨੂੰ ਲੱਗਦਾ ਕਿ ਜ਼ਿਆਦਾ ਹੋਣਗੇ ਕਿਉਂਕਿ ਇੱਥੋਂ ਜਿਹੜੇ ਨਦੀਨ ਆ ਉਹ ਪਨੀਰੀ ਦੇ ਵਿੱਚ ਜੇ ਹੋ ਜਾਣ ਤਾਂ ਉਹ ਜਿਹੜੀ ਹੈਗੀ ਆ ਸਮੱਸਿਆ ਬੜੀ ਕ੍ਰੀਏਟ ਹੁੰਦੀ ਅੱਗੇ ਜਾ ਕੇ ਉਹਦੇ ਵਿੱਚ ਜਿਹੜੀ ਝੋਨੇ ਦੇ ਵਿੱਚ ਜਾਂ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਗਰੋਥ ਹੈ ਜਾਂ ਜਿਹੜੀ ਪਨੀਰੀ ਦੇ ਉੱਤੇ ਜਿਹੜਾ ਹੈਗਾ ਵਾਧੇ 'ਤੇ ਵੀ ਅਸਰ ਪੈਂਦਾ। ਸੋ 15-20 ਦਿਨ ਬਾਅਦ ਪਨੀਰੀ ਦੀ ਬਿਜਾਈ ਤੋਂ 15-20 ਦਿਨ ਬਾਅਦ ਤੁਸੀਂ ਫਿਰ ਜਿਹੜਾ ਹੈਗਾ ਨੋਮਨੀ ਗੋਲਡ ਜਾਂ ਵਾਸ਼ ਆਊਟ ਜਾਂ ਮਾਚੋ ਤਾਰਕ ਕਈ ਨਾਵਾਂ 'ਤੇ ਇਹ ਆਉਂਦੀ ਹੈ ਬਿਸਪੈਰੀ ਬੈਕ ਟੈਕਨੀਕਲ ਹੁੰਦਾ, ਇਹ ਆਪਾਂ 100 ml ਪ੍ਰਤੀ ਏਕੜ ਦੇ ਹਿਸਾਬ ਨਾਲ 100 ml ਜਿਹੜੀ ਹੈਗੀ ਨੋਮਨੀ ਗੋਲਡ ਦਵਾਈ ਨੂੰ 150 ਲੀਟਰ ਪਾਣੀ 'ਚ ਘੋਲ ਕੇ ਪਨੀਰੀ ਬੀਜਣ ਤੋਂ 15-20 ਦਿਨ ਦੇ ਜਿਹੜਾ ਹੈਗਾ ਬਿਜਾਈ ਤੋਂ 15-20 ਦਿਨ 'ਤੇ ਆਪਾਂ ਜਿਹੜੀ ਇਹਦੀ ਸਪਰੇਅ ਕਰ ਸਕਦੇ ਹਾਂ। ਇਹਦੇ ਨਾਲ ਜਿਹੜਾ ਕਿਸਾਨ ਵੀਰੋ ਆਪਾਂ ਨਦੀਨ ਨਾਸ਼ਕ ਪੂਰੇ ਕੰਟਰੋਲ ਕਰ ਸਕਦੇ ਹਾਂ। ਮੇਨ ਜਿਹੜਾ ਸਵਾਲ ਸੀਗਾ ਕਿ ਜਿਹੜੀ ਆਪਾਂ ਪਨੀਰੀ ਦੀ ਬਿਜਾਈ ਵਾਸਤੇ ਖੇਤ ਦੀ ਤਿਆਰੀ ਬੜੀ ਜ਼ਰੂਰੀ ਕਿਉਂਕਿ ਕਿਸਾਨ ਵੀਰ ਕੀ ਹੁੰਦਾ ਮੌਕੇ 'ਤੇ ਜਦੋਂ ਆਪਾਂ ਪਨੀਰੀ ਬੀਜਣੀ ਮੌਕੇ 'ਤੇ ਆਪਾਂ ਖੇਤ ਤਿਆਰ ਕਰਕੇ ਉਹਦੇ ਵਿੱਚ ਬਿਜਾਈ ਕਰ ਦਿੰਦੇ ਹਾਂ, ਉਹਦੇ ਨਾਲ ਜਿਹੜੇ ਨਦੀਨਾਂ ਦੇ ਬੀਜ ਆ ਜਾਂ ਪਿਛਲੇ ਸਾਲ ਦਾ ਝੋਨੇ ਦਾ ਬੀਜ ਆ ਉਹਦੇ ਨਾਲ ਵਰਾਈਟਲ ਮਿਕਸਚਰ ਕਈ ਵਾਰੀ ਵਰਾਇਟੀ ਵੀ ਵਿੱਚ ਮਿਕਸ ਹੋ ਜਾਂਦੀ ਹੈ, ਜੇ ਪਿਛਲੇ ਸਾਲ ਹੋਰ ਵਰਾਇਟੀ ਦਾ ਬੀਜ ਉੱਥੇ ਕਰਿਆ ਹੋਇਆ ਉਸ ਜਗ੍ਹਾ 'ਤੇ ਤਾਂ ਉਹ ਜਿਹੜਾ ਵਿੱਚ ਮਿਕਸ ਹੋ ਕੇ ਅੱਗੇ ਜਿਹੜਾ ਖੇਤ ਦੇ ਵਿੱਚ ਟ੍ਰਾਂਸਪਲਾਂਟ ਹੋਊ ਤਾਂ ਉਹ ਵਰਾਇਟੀ ਜਿਹੜੀ ਇਹ ਵੱਖ ਵੱਖ ਹੋ ਜਾਂਦੀ ਹੈ। ਸੋ ਇਸ ਲਈ ਜ਼ਰੂਰੀ ਹੈ ਜਿਹੜਾ 15-20 ਦਿਨ ਪਹਿਲਾਂ ਆਪਾਂ ਵਿੱਚ ਜੇ ਰੂੜੀ ਪਾਉਣੀ ਆ ਜਾਂ ਨਹੀਂ ਪਾਉਣੀ ਤੁਹਾਡੀ ਮਰਜ਼ੀ ਆ, ਪਰ ਜੇ ਪਾਉਂਗੇ ਤਾਂ ਵਧੀਆ ਗਰੋਥ ਜਿਹੜੀ ਪਨੀਰੀ ਦੀ ਹੁੰਦੀ ਹੈ ਅਤੇ ਛੋਟੇ ਤੱਤ ਵੀ ਮਿਲਦੇ ਰਹਿੰਦੇ ਆ।
ਸੋ ਇਸ ਕਰਕੇ ਪਹਿਲਾਂ ਜਿਹੜਾ ਆਪਾਂ ਦੋ ਵਾਰੀ ਜਿਹੜੀ ਡਬਲ ਰਾਉਣੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਸਿੱਧੀ ਬਿਜਾਈ ਦੇ ਵਿੱਚ ਵੀ ਆਪਾਂ ਦੱਸਿਆ, ਸਿੱਧੀ ਬਿਜਾਈ ਦੇ ਵਿੱਚ ਵੀ ਜਿਹੜੀ ਡਬਲ ਰਾਉਣੀ ਬੜੀ ਜ਼ਰੂਰੀ ਹੈ, ਇਹ ਮੇਨ ਨਦੀਨਾਂ ਦੇ ਕੰਟਰੋਲ ਵਾਸਤੇ ਹੀ ਜਿਹੜੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਜਿੰਕ ਜਾਂ ਲੋਹਾ ਤੱਤ ਦੀ ਘਾਟ ਬਾਰੇ, ਕਿਉਂਕਿ ਮੈਂ ਵੀਡੀਓ ਦੇ ਵਿੱਚ ਕੱਲ੍ਹ ਜਿਹੜੀ ਹੈਗੀ ਆ ਪਨੀਰੀ, ਚੰਗੀ ਪਨੀਰੀ ਤਿਆਰ ਕਰਨ ਵਾਸਤੇ ਵੀਡੀਓ 'ਚ ਮੈਂ ਜ਼ਿਕਰ ਕੀਤਾ ਸੀਗਾ ਜਿੰਕ ਕਿੰਨੀ ਪਾਉਣੀ ਆ ਜਾਂ ਜਿਹੜੀ ਲੋਹਾ ਤੱਤ ਦੀ ਸਪਰੇਅ ਆਪਾਂ ਕਿੰਨੀ ਕਰ ਸਕਦੇ ਹਾਂ, ਉਹਦੇ ਬਾਰੇ ਜਿਹੜੀਆਂ ਇਹ ਘਾਟ ਦੀਆਂ ਨਿਸ਼ਾਨੀਆਂ ਜਾਂ ਉਹਦਾ ਆਪਾਂ ਕਦੋਂ ਕਿਸ ਟਾਈਮ 'ਤੇ ਕਿੰਨੀ ਕਿੰਨੀ ਡੋਜ਼ ਪਾ ਸਕਦੇ, ਉਹ 'ਤੇ ਆਪਾਂ ਵੱਖਰੀ ਵੀਡੀਓ ਅਪਲੋਡ ਕਰ ਰਹੇ ਹਾਂ। ਇਸ ਤੋਂ ਇਲਾਵਾ ਜੇ ਕਿਤੇ ਨੇਮਾਟੋਡ ਦੀ ਸਮੱਸਿਆ ਆਉਂਦੀ ਹੈ ਉਹਦੇ ਬਾਰੇ ਵੀ ਵੱਖਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਜੇ ਕੋਈ ਹੋਰ ਸਵਾਲ